सोचते हो कि इन्ना टाइम हो गया इंडस्ट्री विच सिगे है ना, बट नोटिस जिहड़ा है हुण जाके लोकां ने करना कीता, और ओह वी सोशल मीडिया तों तुहाडी जिहड़ी अपनी वीडियोज़ जिहड़ी वायरल होई आ उस तों बाद, इस मतलब हेर फेर कह लो जां इह कह सकदे आ कि लाइक बाकी इह वी मेरी जिंदगी च कोई उदां दी स्ट्रगल नहीं आई जिद्दां आपां कहिंदे मैं टेंपू ते बहि गया जी, मैं रिक्शे ते बहि गया जी, मैं छत ते बहि के जांदा रहिंदा, इह जिंदगी दा मैनूं हिस्सा समझदा आ। इह गल नहीं कि मेरी उह जिंदगी च चीज़ां नहीं सीगियां, सीगियां पर मैं उहनूं जिंदगी दा हिस्सा लै के चलदा वी, मैं उहनूं कोई ਵੱਡਾ ਕਰਕੇ ਦੱਸ ਕੇ ਮੈਨੂੰ ਕੋਈ ਐਡਾ ਹੀ ਉਹ ਨਹੀਂ ਹੈਗਾ। ਉੱਧਰ ਤਾਂ ਮਿਹਰਬਾਨ ਹੁੰਦੀ ਆ ਤੁਹਾਡੇ 'ਤੇ, ਤੁਹਾਡੀ ਸੁਣਵਾਈ ਹੁੰਦੀ ਆ, ਅਤੇ ਉਹ ਹਾਲਾਤ ਚੇਂਜ ਹੋ ਜਾਂਦੇ, ਅਤੇ ਫਿਰ ਜਦੋਂ ਹਾਲਾਤ ਚੇਂਜ ਹੋ ਜਾਂਦੇ ਆ ਨਾ, ਅਤੇ ਸਾਨੂੰ ਜਿਹੜੇ ਪਿਛਲੇ ਹੁੰਦੇ ਆ ਉਦੋਂ ਦੇ ਸਮੇਂ ਦੇ ਮੁਤਾਬਿਕ ਉਹ ਵੀ ਠੀਕ ਹੁੰਦੇ ਆ, ਪਰ ਉਹ ਸਾਨੂੰ ਥੋੜ੍ਹੇ ਛੋਟੇ ਲੱਗਣੇ ਸ਼ੁਰੂ ਹੋ ਜਾਂਦੇ ਆ ਜਦੋਂ ਤੁਸੀਂ ਵੱਡੀਆਂ ਚੀਜ਼ਾਂ ਆ ਜਾਂਦੀਆਂ ਤੁਹਾਡੇ ਕੋਲ, ਤਾਂ ਪਿਛਲੀਆਂ ਥੋੜ੍ਹੀਆਂ ਛੋਟੀਆਂ ਆਮ ਜ਼ਿੰਦਗੀ ਦੀ ਗੱਲ ਆ। ਕਈ ਲੋਕਾਂ ਦੇ ਨਾ ਇੰਡਸਟਰੀ 'ਚ ਪਿਆਰ ਨਹੀਂ ਹੁੰਦਾ ਇੱਕ ਦੂਜਿਆਂ ਦਾ, ਜਾਂ ਇੱਦਾਂ ਜੀ, ਇਹ ਤਾਂ ਅਸੀਂ ਤਾਂ ਲਾਫਟਰ ਦਾ ਮਾਸਟਰ ਤੋਂ ਇੱਕ ਦੂਜੇ ਨੂੰ ਜਾਣਦੇ ਸੀਗੇ ਮੈਂ ਧੀਰਜ, ਐਂਡ 10 ਸਾਲ ਤੋਂ ਸਾਡੀ ਦੋਸਤੀ ਅੱਛੀ, ਵੀ ਆਮ ਜ਼ਿੰਦਗੀ ਦੇ ਵਿੱਚ ਵੀ ਵਧੀਆ ਦੋਸਤੀ ਆ, ਕਿ ਚਲੋ ਇਹ ਪ੍ਰੋਫੈਸ਼ਨ ਆ, ਜਦੋਂ ਵੀ ਬਾਕੀ ਇਹ ਪ੍ਰੋਜੈਕਟ ਕੋਈ ਬਣਾਉਂਦੇ ਆ ਉਹ ਕੁਦਰਤੀ ਕਈ ਵਾਰ ਇਹਨਾਂ ਦੀਆਂ ਪ੍ਰੋਬਲਮਾਂ ਜਾਂ ਕੋਈ ਦਿੱਕਤਾਂ ਆ ਜਾਣ ਤਾਂ ਇਕੱਠੇ ਨਾ ਹੋਈਏ, ਤਾਂ ਨਹੀਂ ਤਾਂ ਉਸ ਤਰ੍ਹਾਂ ਕੋਈ ਸਾਡੀ ਆਪਸੀ ਕਦੀ ਕੋਈ ਦਿੱਕਤ ਨਹੀਂ ਹੋਈ, ਐਂਡ ਬਹੁਤ ਵਧੀਆ ਭਰਾ ਨੇ ਮੇਰੇ ਛੋਟੇ, ਅਤੇ ਵਧੀਆ ਪਿਆਰ ਆ ਸਾਡਾ। ਤੁਸੀਂ ਮਿਰਜ਼ਾ ਦੇ ਵਿੱਚ ਵੀ ਕੰਮ ਕੀਤਾ ਸੀ, ਮਿਰਜ਼ਾ ਜ਼ੋਰਾਵਰ ਜੀ ਜੀ ਜ਼ੋਰਾਵਰ ਹਨੀ ਸਿੰਘ ਬਾਈ ਜੀ ਹੁਣ ਨਾ, ਉਹ ਕੀਤੀ ਸੀ ਆਪਾਂ ਕੇਪ ਟਾਊਨ ਉੱਥੇ ਸਾਊਥ ਅਫਰੀਕਾ 'ਚ ਜੀ ਜੀ, ਮੈਂ ਬਾਈ ਜੀ ਹੁਣਾਂ ਦੇ ਉੱਥੇ ਨਾਲ ਉਹ ਕੀਤੀ ਸੀਗੀ ਬੜੀ ਪੁਰਾਣੀ, 2014 ਸ਼ੂਟ ਕੀਤਾ ਸੀਗਾ ਅਸੀਂ, ਐਂਡ ਮੈਂ ਫਸਟ ਟਾਈਮ ਉਦੋਂ ਸ਼ੂਟ ਦੇ ਵਿਹਾਵ 'ਤੇ ਪਹਿਲੀ ਵਾਰੀ ਆਊਟ ਆਫ ਇੰਡੀਆ ਗਿਆ ਸੀਗਾ। ਹਾਂਜੀ ਹਾਂਜੀ, ਅਤੇ ਉਹ ਬੜਾ ਵਧੀਆ ਐਕਸਪੀਰੀਅੰਸ ਸੀਗਾ ਬਾਈ ਜੀ ਹੁਣਾਂ ਦੇ ਨਾਲ, ਵਧੀਆ ਸੀਗਾ ਉੱਥੇ ਉਹਨਾਂ ਦੇ ਨਾਲ ਕਰੈਕਟਰ ਸੀਗਾ, ਮਤਲਬ ਮੇਰਾ ਉਹ ਮੇਰੀ ਵਾਈਫ ਉੱਧਰ ਦੀ ਬਣਾਈ ਸੀਗੀ, ਉਹ ਜਿਹੜੀਆਂ ਕਾਲੀਆਂ ਜਿਹੀਆਂ ਉੱਧਰ ਦੀਆਂ ਸ਼ੜਾਨਣਾਂ ਜਿਹੀਆਂ ਜਨਾਨੀਆਂ, ਲਾਈਕ ਮੈਨੂੰ ਹੁਣ ਉਹਨਾਂ ਦਾ ਪ੍ਰੋਪਰ ਡੈਜੀਗਨੇਸ਼ਨ ਨਹੀਂ ਪਤਾ ਕੀ ਕਹਿੰਦੇ ਆ, ਪਰ ਉਹ ਸੀਗਾ ਉਹ ਅੱਛਾ ਸੀਗਾ ਮੇਰਾ ਜਿੰਨਾ ਕੁ ਕਰੈਕਟਰ ਬਣਾਇਆ ਸੀਗਾ ਉਹਦੇ ਵਿੱਚ ਜੀ ਜੀ। ਸਮਝਦੇ ਕਿ ਤੁਸੀਂ ਸੋਚਦੇ ਹੋ ਕਿ ਇੰਨਾ ਟਾਈਮ ਹੋ ਗਿਆ ਇੰਡਸਟਰੀ ਵਿੱਚ ਸੀਗੇ ਹੈ ਨਾ, ਬਟ ਨੋਟਿਸ ਜਿਹੜਾ ਹੈ ਹੁਣ ਜਾ ਕੇ ਲੋਕਾਂ ਨੇ ਕਰਨਾ ਕੀਤਾ, ਔਰ ਉਹ ਵੀ ਸੋਸ਼ਲ ਮੀਡੀਆ ਤੋਂ ਤੁਹਾਡੀ ਜਿਹੜੀ ਆਪਣੀ ਵੀਡੀਓਜ਼ ਜਿਹੜੀ ਵਾਇਰਲ ਹੋਈਆਂ ਉਸ ਤੋਂ ਬਾਅਦ, ਕੋਈ ਕਿਸਮਤ ਦਾ ਹੇਰ ਫੇਰ ਕਹਿ ਲਓ ਜਾਂ ਇਹ ਕਹਿ ਸਕਦੇ ਹਾਂ ਕਿ ਲਾਈਕ ਬਾਕੀ ਇਹ ਵੀ ਮੇਰੀ ਜ਼ਿੰਦਗੀ 'ਚ ਕੋਈ ਉੱਦਾਂ ਦੀ ਸਟਰਗਲ ਨਹੀਂ ਆਈ ਜਿੱਦਾਂ ਆਪਾਂ ਕਹਿੰਦੇ ਮੈਂ ਟੈਂਪੂ 'ਤੇ ਬਹਿ ਗਿਆ ਜੀ, ਮੈਂ ਰਿਕਸ਼ੇ 'ਤੇ ਬਹਿ ਗਿਆ ਜੀ, ਮੈਂ ਛੱਤ 'ਤੇ ਬਹਿ ਕੇ ਜਾਂਦਾ ਰਿਹਾ, ਇਹ ਜ਼ਿੰਦਗੀ ਦਾ ਮੈਨੂੰ ਹਿੱਸਾ ਸਮਝਦਾ ਹਾਂ। ਇਹ ਗੱਲ ਨਹੀਂ ਕਿ ਮੇਰੀ ਉਹ ਜ਼ਿੰਦਗੀ 'ਚ ਚੀਜ਼ਾਂ ਨਹੀਂ ਸੀਗੀਆਂ, ਸੀਗੀਆਂ ਪਰ ਮੈਂ ਉਹਨੂੰ ਜ਼ਿੰਦਗੀ ਦਾ ਹਿੱਸਾ ਲੈ ਕੇ ਚੱਲਦਾ, ਵੀ ਮੈਂ ਉਹਨੂੰ ਕੋਈ ਵੱਡਾ ਕਰਕੇ ਦੱਸ ਕੇ ਮੈਨੂੰ ਕੋਈ ਐਡਾ ਹੀ ਉਹ ਨਹੀਂ ਹੈਗਾ, ਵੀ ਠੀਕ ਹੈ ਜ਼ਿੰਦਗੀ ਦਾ ਹਿੱਸਾ ਹੈ, ਜੇ ਕਿਤੇ ਬੱਸ 'ਤੇ ਵੀ ਚੱਲ ਗਈ ਹਾਂ ਉੱਥੇ ਨੋਰਮਲੀ ਵੇਖੋ ਹਰੇਕ ਦੀ ਜ਼ਿੰਦਗੀ 'ਚ, ਹੁਣ ਤੁਸੀਂ ਜੇ ਮੰਨ ਲਓ ਕੋਈ ਟਾਈਮ ਕਿਸੇ ਵੇਲੇ ਕਿਸੇ ਕੋਈ ਗੱਡੀ ਹੁੰਦੀ ਹੈ ਕਿਸੇ ਨੂੰ ਨਹੀਂ, ਤਾਂ ਜੇ ਤੁਸੀਂ ਇੱਥੇ ਬੱਸ 'ਤੇ ਆ ਗਏ ਤਾਂ ਇਹਦਾ ਮਤਲਬ ਇਹ ਥੋੜ੍ਹੀ ਕਿ ਹੁਣ ਆਪਾਂ ਉਹਨੂੰ ਵੱਡਾ ਕਰਕੇ ਦੱਸਣਾ ਵੀ ਮੈਂ ਬੱਸ 'ਤੇ ਇੱਥੇ ਸਪੈਸ਼ਲੀ, ਠੀਕ ਹੈ ਜ਼ਿੰਦਗੀ ਦਾ ਹਿੱਸਾ ਆ, ਅਤੇ ਉਹ ਜਿੱਦਾਂ ਜਿੱਦਾਂ ਆਪਣਾ ਕੁਦਰਤ ਮਿਹਰਬਾਨ ਹੁੰਦੀ ਆ ਤੁਹਾਡੇ 'ਤੇ, ਤੁਹਾਡੀ ਸੁਣਵਾਈ ਹੁੰਦੀ ਆ, ਅਤੇ ਉਹ ਹਾਲਾਤ ਚੇਂਜ ਹੋ ਜਾਂਦੇ, ਅਤੇ ਫਿਰ ਜਦੋਂ ਹਾਲਾਤ ਚੇਂਜ ਹੋ ਜਾਂਦੇ ਆ ਨਾ, ਅਤੇ ਸਾਨੂੰ ਜਿਹੜੇ ਪਿਛਲੇ ਹੁੰਦੇ ਆ ਉਦੋਂ ਦੇ ਸਮੇਂ ਦੇ ਮੁਤਾਬਿਕ ਉਹ ਵੀ ਠੀਕ ਹੁੰਦੇ ਆ, ਪਰ ਉਹ ਸਾਨੂੰ ਥੋੜ੍ਹੇ ਛੋਟੇ ਲੱਗਣੇ ਸ਼ੁਰੂ ਹੋ ਜਾਂਦੇ ਆ ਜਦੋਂ ਤੁਸੀਂ ਵੱਡੀਆਂ ਚੀਜ਼ਾਂ ਆ ਜਾਂਦੀਆਂ ਤੁਹਾਡੇ ਕੋਲ, ਤਾਂ ਪਿਛਲੀਆਂ ਥੋੜ੍ਹੀਆਂ ਛੋਟੀਆਂ ਆਮ ਜ਼ਿੰਦਗੀ ਦੀ ਗੱਲ ਹੈ, ਸੋਚਣ ਵਾਲੀ ਗੱਲ ਹੈ। ਸੋ ਤਾਂ ਕਰਕੇ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਕੋਈ ਮਤਲਬ ਸਪੈਸ਼ਲੀ ਨਹੀਂ ਸਟਰਗਲ। ਫਿਰ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਅਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ।